12 ट्रेन ਦੇ ਉਦਘਾਟਨ ਸਮਾਗਮ ਦੇ ਵਿੱਚ ਐਮਪੀ ਰਿੰਕੂ ਨੂੰ ਕੁਰਸੀ ਨਹੀਂ ਮਿਲੀ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਵਿੱਚ ਨਾਰਾਜ਼ਗੀ ਵੇਖਣ ਨੂੰ ਮਿਲੀ ਤੇ ਅਧਿਕਾਰੀਆਂ ਦੇ ਨਾਲ ਬਹਿਸ ਕਰਦੇ ਵਿਖਾਈ ਦਿੱਤੇ ਐਮਪੀ ਰਿੰਕੂ ਤਾਂ ਅਧਿਕਾਰੀਆਂ ਨੇ ਹੱਥ ਜੋੜ ਕੇ ਸੁਸ਼ੀਲ ਰਿੰਕੂ ਤੋਂ ਮਾਫੀ ਮੰਗੀ ਜਿਸ ਤੋਂ ਬਾਅਦ ਉਹ ਨਾਰਾਜ਼ ਹੋ ਕੇ ਸਾਈਡ ਤੇ ਖੜੇ ਰਹੇ ਅਧਿਕਾਰੀਆਂ ਦੇ ਮਨਾਉਣ ਤੋਂ ਬਾਅਦ ਕੁਰਸੀ ਤੇ ਬੈਠੇ ਐਮਪੀ ਸੁਸ਼ੀਲ ਰਿੰਕੂ ਤਾਂ ਵੰਦੇ ਭਾਰਤ ਟ੍ਰੇਨ ਦੇ ਉਦਘਾਟਨ ਸਮਾਗਮ ਦੇ ਵਿੱਚ ਐਮਪੀ ਸੁਸ਼ੀਲ ਰਿੰਕੂ ਪਹੁੰਚੇ ਜਿੱਥੇ ਉਹਨਾਂ ਨੂੰ ਕੁਰਸੀ ਨਹੀਂ ਮਿਲੀ ਤੇ ਉਹਨਾਂ ਦੇ ਵਿੱਚ ਫਿਰ ਨਾਰਾਜ਼ਗੀ ਦਿਖੀ ਨਾਰਾਜ਼ ਹੋਣ ਤੋਂ ਬਾਅਦ ਉਹ ਸਾਈਡ ਤੇ ਖੜੇ ਰਹੇ ਅਧਿਕਾਰੀਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਮਨਾਇਆ ਹੱਥ ਜੋੜ ਕੇ ਮਨਾਉਣ ਤੋਂ ਬਾਅਦ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਵੰਦੇ ਭਾਰਤ ਟ੍ਰੇਨ ਦੇ ਉਦਘਾਟਨ ਸਮਾਗਮ ਦੇ ਵਿੱਚ ਐਮਪੀ ਸੁਸ਼ੀਲ ਰਿੰਕੂ ਪਹੁੰਚੇ ਜਿੱਥੇ ਉਹਨਾਂ ਨੂੰ ਕੁਰਸੀ ਨਹੀਂ ਮਿਲੀ ਤੇ ਕੁਰਸੀ ਨਾ ਮਿਲਣ ਦੀ ਵਜ੍ਹਾ ਨਾਲ ਉਹ ਨਾਰਾਜ਼ ਹੋ ਗਏ ਤੇ ਨਾਰਾਜ਼ ਹੋ ਕੇ ਸਾਈਡ ਤੇ ਖੜੇ ਵਿਖਾਈ ਦਿੱਤੇ ਅਧਿਕਾਰੀਆਂ ਨੇ ਹੱਥ ਜੋੜ ਕੇ ਸੁਸ਼ੀਲ ਰਿੰਕੂ ਤੋਂ ਮਾਫੀ ਮੰਗੀ ਨਾਰਾਜ਼ ਹੋ ਕੇ ਸਾਈਡ ਤੇ ਖੜੇ ਸੁਸ਼ੀਲ ਰਿੰਕੂ ਨੂੰ ਮਨਾ ਕੇ ਅਧਿਕਾਰੀਆਂ ਨੇ ਕੁਰਸੀ ਤੇ ਬਿਠਾਇਆ ਤਾਂ ਵੰਦੇ ਭਾਰਤ ਟ੍ਰੇਨ ਦੇ ਉਦਘਾਟਨ ਸਮਾਗਮ ਦੇ ਵਿੱਚ ਐਮਪੀ ਸੁਸ਼ੀਲ ਰਿੰਕੂ ਪਹੁੰਚੇ ਜਿੱਥੇ ਉਹਨਾਂ ਨੂੰ ਕੁਰਸੀ ਨਾ ਮਿਲੀ ਤਾਂ ਕੁਰਸੀ ਨਾ ਮਿਲਣ ਦੇ ਕਾਰਨ ਉਹਨਾਂ ਦੇ ਵਿੱਚ ਨਾਰਾਜ਼ਗੀ ਵੇਖਣ ਨੂੰ ਮਿਲੀ ਅਧਿਕਾਰੀਆਂ ਦੇ ਨਾਲ ਬਹਿਸ ਕਰਦੇ ਹੋ ਵਿਖੇ ਅਧਿਕਾਰੀਆਂ ਨੇ ਹੱਥ ਜੋੜ ਕੇ ਉਹਨਾਂ ਨੂੰ ਮਨਾਇਆ ਨਾਰਾਜ਼ ਹੋ ਕੇ ਸਾਈਡ ਤੇ ਖੜੇ ਹੋ ਗਏ ਐਮਪੀ ਸੁਸ਼ੀਲ ਰਿੰਕੂ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੰਦੇ ਭਾਰਤ ਟ੍ਰੇਨ ਦੇ ਉਦਘਾਟਨ ਸਮਾਗਮ ਦੇ ਵਿੱਚ ਐਮਪੀ ਸੁਸ਼ੀਲ ਰਿੰਕੂ ਪਹੁੰਚੇ ਜਿੱਥੇ ਉਹਨਾਂ ਨੂੰ ਕੁਰਸੀ ਨਹੀਂ ਮਿਲੀ ਖਬਰ ਤੇ ਵਧੇਰੇ ਅਪਡੇਟ ਦੇ ਲਈ ਮੇਰੇ ਸਹਿਯੋਗੀ ਪਰਮ ਔਲਖ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਜੀ ਪਰਮ ਕੀ ਕੁਝ ਤਾਜ਼ਾ ਅਪਡੇਟ ਨਿਕਲ ਕੇ ਆ ਰਿਹਾ ਕਿਉਂ ਆਖਿਰ ਇੰਨੀ ਨਾਰਾਜ਼ਗੀ ਐਮਪੀ ਸੁਸ਼ੀਲ ਰਿੰਕੂ ਦੇ ਵਿੱਚ ਵੇਖਣ ਨੂੰ ਮਿਲੀ ਦੇਖੋ ਅੱਜ ਪ੍ਰੋਗਰਾਮ ਤੁਸੀਂ ਦੇਖਿਆ ਹੋਣਾ ਹੈ ਕਿ ਵੰਦੇ ਭਾਰਤ ਟ੍ਰੇਨ ਜਿਹੜੀ ਹੈ ਉਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਹਰੀ ਝੰਡੀ ਦੇਣੀ ਹੈ ਅੰਮ੍ਰਿਤਸਰ ਤੋਂ ਇਹ ਟ੍ਰੇਨ ਰਵਾਨਾ ਹੋਣੀ ਹੈ ਪਰ ਇੱਥੇ ਇੱਕ ਤਸਵੀਰ ਦੇਖਣ ਨੂੰ ਮਿਲੀ ਕਿ ਜਦੋਂ ਸੁਸ਼ੀਲ ਰਿੰਕੂ ਅੰਦਰ ਐਂਟਰ ਹੁੰਦੇ ਨੇ ਪਹਿਲੀ ਗੱਲ ਉਹਨਾਂ ਨੂੰ ਰੋਕਿਆ ਜਾਂਦਾ ਹੈ ਦੋ ਤਿੰਨ ਪੁਲਿਸ ਕਰਮੀ ਉਹਨਾਂ ਨੂੰ ਰੋਕਦੇ ਨੇ ਦੋ ਤਿੰਨ ਜਗ੍ਹਾ ਤੇ ਉਹਨਾਂ ਨੂੰ ਰੋਕਦੇ ਨੇ ਕਰਦੇ ਕਰਾਉਂਦੇ ਉਹ ਸਟੇਜ ਤੱਕ ਪਹੁੰਚਦੇ ਨੇ ਸਟੇਜ ਤੱਕ ਪਹੁੰਚ ਕਰਦੇ ਨੇ ਪਰ ਉਹਨਾਂ ਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ ਹੈ ਨੁੱਕਰੇ ਲਾ ਦਿੱਤਾ ਜਾਂਦਾ ਇੱਕ ਸਾਈਡ ਤੇ ਖਿਲਾਫ ਦਿੱਤਾ ਜਾਂਦਾ ਉਸ ਤੋਂ ਹੀ ਉਹ ਨਾਰਾਜ਼ ਹੋ ਜਾਂਦੇ ਨੇ ਕਿ ਜੇਕਰ ਗੁਰਜੀਤ ਔਜਲਾ ਦੀ ਗੱਲ ਕਰੀਏ ਜੇਕਰ ਅਸੀਂ ਬਨਵਾਰੀ ਲਾਲ ਪੁਰੋਹਿਤ ਹੋਰਾਂ ਦੀ ਗੱਲ ਕਰੀਏ ਕੇਂਦਰੀ ਮੰਤਰੀ ਇੱਥੇ ਪਹੁੰਚੇ ਨੇ ਉਹਨਾਂ ਦੀ ਗੱਲ ਉਹ ਇੱਕ ਸੋਫੇ ਦੇ ਉੱਤੇ ਬੈਠੇ ਦਿਖਾਈ ਦਿੱਤੇ ਪਰ ਸੁਸ਼ੀਲ ਰਿੰਕੂ ਕਿਤੇ ਨਾ ਕਿਤੇ ਨਾਰਾਜ਼ ਹੋ ਕੇ ਸਾਈਡ ਤੇ ਖਲੋਤੇ ਦਿਖਾਈ ਦਿੱਤੇ ਜਿਸ ਤੋਂ ਬਾਅਦ ਅਧਿਕਾਰੀਆਂ ਨਾਲ ਬਹਿਸ ਕੀਤੀ ਬਹਿਸ ਤੋਂ ਬਾਅਦ ਜਿਹੜੇ ਅਧਿਕਾਰੀ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਹਨਾਂ ਕੋਲੋਂ ਮੁਆਫੀ ਮੰਗੀ ਤੇ ਉਹਨਾਂ ਨੂੰ ਅੰਦਰ ਆ ਕੇ ਬੈਠਣ ਲਈ ਕਿਹਾ ਤਾਂ ਇਸ ਦੇ ਵਿੱਚ ਇੱਕ ਹੋਰ ਗੱਲ ਦੇਖਣ ਨੂੰ ਮਿਲੀ ਕਿ ਕਾਫੀ ਮਨਾਉਣ ਤੋਂ ਬਾਅਦ ਸੁਸ਼ੀਲ ਰਿੰਕੂ ਜਿਹੜੇ ਹੈ ਉਹ ਕੁਰਸੀ ਤੇ ਆ ਕੇ ਉਹਨਾਂ ਵਾਸਤੇ ਸਪੈਸ਼ਲ ਕੁਰਸੀ ਨੁੱਕਰ ਤੇ ਲਗਾਈ ਗਈ ਜਿਸ ਦੀਆਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਕਿ ਉਹ ਸਿਰਫ ਤੇ ਸਿਰਫ ਇਕੱਲੇ ਜਾ ਕੇ ਨੁੱਕਰ ਤੇ ਆਮ ਜਨਤਾ ਦੇ ਨਾਲ ਬੈਠੇ ਹੋਏ ਦਿਖਾਈ ਦਿੱਤੇ ਜਿੱਥੇ ਆਮ ਲੋਕ ਬੈਠੇ ਸੀਗੇ ਜੀ ਠੀਕ ਹੈ ਪਰਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਕ ਅਹਿਮ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ ਤਾਂ ਤੁਹਾਨੂੰ ਦੱਸ ਦਈਏ ਕਿ ਸਮਾਗਮ ਦੇ ਵਿੱਚ ਐਮਪੀ ਸੁਸ਼ੀਲ ਰਿੰਕੂ ਪਹੁੰਚੇ ਜਿੱਥੇ ਉਹਨਾਂ ਨੂੰ ਕੁਰਸੀ ਨਹੀਂ ਮਿਲੀ ਤੇ ਕੁਰਸੀ ਨਾ ਮਿਲਣ ਕਰਕੇ ਉਹਨਾਂ ਦੇ ਵਿੱਚ ਨਾਰਾਜ਼ਗੀ ਵੇਖਣ ਨੂੰ ਮਿਲੀ ਉਸ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਬਹਿਸ ਹੋਈ ਅਧਿਕਾਰੀਆਂ ਨੇ ਉਹਨਾਂ ਨੂੰ ਮਨਾਇਆ ਤੇ ਫਿਰ ਜਾ ਕੇ